ਸਭ ਤੋਂ ਪਹਿਲਾਂ ਡਾਕਟਰ ਅਮਰਜੀਤ ਸਿੰਘ ਜੀ ਥਿੰਦ ਬੋਲੇ ਸੋ ਨਿਹਾਲ ਸਰਦਾਰ ਸਤਨਾਮ ਸਿੰਘ ਜੀ ਲੋਕ ਐਡਵਾਈਸ ਪ੍ਰਧਾਨ ਜਲੰਧਰ ਸਰਦਾਰ ਸਤਨਾਮ ਸਿੰਘ ਜੀ ਲੋਕ ਐਡ ਉਹ ਵੀ ਪਹੁੰਚ ਜਾਣ ਉਹਨਾਂ ਦੇ ਮਗਰ ਸਰਦਾਰ ਬਲਜੀਤ ਸਿੰਘ ਜੀ ਖਹਿਰਾ ਸਰਦਾਰ ਬਲਜੀਤ ਸਿੰਘ ਜੀ ਖਹਿਰਾ ਸਰਦਾਰ ਬਲਕਾਰ ਸਿੰਘ ਜੀ ਮੱਟੂ ਪ੍ਰਧਾਨ ਕਿਸਾਨ ਵਿੰਗ ਸ਼ਾਹਕੋਟ ਓਂਕਾਰ ਸਿੰਘ ਬਹੁਗਣ ਇੰਚਾਰਜ ਸਰਦਾਰ ਦਲਵੀਰ ਸਿੰਘ ਜੀ ਅਕਬਰਪੁਰ ਸਰਦਾਰ ਹਰਵਿੰਦਰ ਸਿੰਘ ਜੀ ਮੈਸਮਪੁਰ ਸਰਦਾਰ ਮਲਕੀਤ ਸਿੰਘ ਜੀ ਬੀਟਲਾਂ ਸਰਦਾਰ ਮਲਕੀਤ ਸਿੰਘ ਜੀ ਬੀਟਲਾਂ ਸਰਦਾਰ ਭਜਨ ਸਿੰਘ ਜੀ ਬੀਟਲਾਂ ਸਰਦਾਰ ਕਮਲਜੀਤ ਸਿੰਘ ਜੀ ਥਿੰਦ ਐਡਵੋਕੇਟ ਸਰਦਾਰ ਕਮਲਜੀਤ ਸਿੰਘ ਜੀ ਥਿੰਦ ਐਡਵੋਕੇਟ ਰਾਜਵੀਰ ਸਿੰਘ ਜੀ ਮਹਿਤਪੁਰ ਡਾਕਟਰ ਰਾਜਵੀਰ ਸਿੰਘ ਜੀ ਮਹਿਤਪੁਰ ਸਰਦਾਰ ਨਿਰਮਲ ਸਿੰਘ ਥਿੰਦ ਸੰਗੋਵਾਲ ਸਰਦਾਰ ਨਿਰਮਲ ਸਿੰਘ ਜੀ ਥਿੰਦ ਪਛਾੜੀਆਂ ਸੰਗੋਵਾਲ ਮਨਜੀਤ ਸਿੰਘ ਜੀ ਬੀਟਲਾਂ ਸਰਦਾਰ ਮਨਜੀਤ ਸਿੰਘ ਜੀ ਬੀਟਲਾਂ ਬਾਦਲ ਸਾਹਿਬ ਮੈਂ ਦੱਸਣਾ ਚਾਹੁੰਦਾ ਇੱਕ ਅਸ਼ਨੀ ਮਹਿਤਪੁਰ ਸ਼ਹਿਰੀ ਦੇ ਪ੍ਰਧਾਨ ਜਿਹੜੇ ਉਹ ਵੀ ਸ਼ਾਮਿਲ ਹੋ ਰਹੇ ਆਪਣੇ ਵਿੱਚ ਸ਼੍ਰੀ ਅਸ਼ਨਵੀ ਕੁਮਾਰ ਜੀ ਭਾਰਤਵਾਜ ਪ੍ਰਧਾਨ ਬਹੁਤ ਜਮਾਨ ਪੰਜਾਬ ਵਾਲਾ ਤੜਾ ਬਣ ਗਈ। ਕਈ ਵਾਰ ਇਸ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਦਬਾ ਦਿੱਤੀ ਗਈ ਔਰ ਸਮੇਂ ਦੇ ਨਾਲ ਨਾਲ ਦੇਖਦੇ ਰਹੇ ਪਾਰਟੀ ਦੇ ਸੁਪਰੀਮੋ ਬੜੇ ਹੀ ਮੇਰੇ ਸਤਿਕਾਰਯੋਗ ਸਨ, ਬੜੀ ਕਦਰ ਕਰਦਾ, ਬੜਾ ਮਾਣ ਉਹਨਾਂ ਦੇ ਲਈ, ਮੇਰੇ ਮਨ 'ਚ ਹਮੇਸ਼ਾ ਬੜੀ ਇੱਜ਼ਤ ਸੀ। ਅਰਵਿੰਦ ਕੇਜਰੀਵਾਲ ਜੀ ਜਦੋਂ ਵੀ ਇਲੈਕਸ਼ਨ ਤੋਂ ਪਹਿਲਾਂ ਕੋਈ ਗੁਰਪੁਰਬ ਹੁੰਦਾ ਸੀ, ਵਿਸਾਖੀ ਹੁੰਦੀ ਸੀ, ਕੋਈ ਪੰਜਾਬੀਆਂ ਦਾ ਖਾਸ ਕਰ ਪੰਜਾਬੀਆਂ ਦਾ ਤਿਉਹਾਰ ਹੁੰਦਾ ਸੀ, ਇੱਕ ਟਵਿੱਟਰ ਦੇ ਉੱਤੇ ਫੇਸਬੁੱਕ ਦੇ ਉੱਤੇ ਵੀਡੀਓ ਪਾ ਕੇ ਪੂਰੇ ਪੰਜਾਬੀਆਂ ਨੂੰ ਗੁਰਪੁਰਬ ਦੀ ਵਧਾਈ ਦਿੱਤੀ ਜਾਂਦੀ ਸੀ, ਵਿਸਾਖੀ ਦੀ ਵਧਾਈ ਦਿੱਤੀ ਜਾਂਦੀ ਸੀ, ਪਰ ਨਤੀਜਿਆਂ ਤੋਂ ਬਾਅਦ ਐਸਾ ਕੁਛ ਦੇਖਣ ਨੂੰ ਨਹੀਂ ਮਿਲਿਆ। ਜਦ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਪੰਜਾਬ ਲੀਡਰਸ਼ਿਪ ਨੂੰ ਇਹ ਗੱਲ ਕਹੀ ਗਈ ਕਿ ਅਜਿਹਾ ਕਿਉਂ ਹੋ ਰਿਹਾ ਹੈ, ਪੰਜਾਬ ਤੋਂ ਵੱਖਰਾਪਨ ਕਿਉਂ ਦਿਖਾਇਆ ਜਾ ਰਿਹਾ ਹੈ, ਕੁਛ ਮਹਿਸੂਸ ਹੋ ਰਿਹਾ ਸੀ ਕਿ ਦਿੱਲੀ ਦਾ ਹੁਣ ਪੰਜਾਬ ਦੇ ਵਿੱਚੋਂ ਇੰਟਰਸਟ ਖਤਮ ਹੋ ਗਿਆ। ਸੋ ਸਮਾਂ ਬੀਤਦਾ ਗਿਆ, ਜਿਹੜੇ ਮੁੱਦਿਆਂ ਦੇ ਉੱਤੇ ਆਮ ਆਦਮੀ ਪਾਰਟੀ ਨੇ ਜਨਮ ਲਿਆ ਸੀ, ਭ੍ਰਿਸ਼ਟਾਚਾਰ ਦਾ ਮੁੱਦਾ ਇੱਕ ਅੰਦੋਲਨ ਵਜੋਂ ਆਇਆ ਸੀ, ਸ਼ਾਇਦ ਇਸੇ ਕਰਕੇ ਮੈਂ ਵੀ ਰਾਜਨੀਤੀ ਵਿੱਚ ਆਪਣਾ ਕਦਮ ਰੱਖਿਆ ਸੀ ਤਾਂ ਕਿ ਇੱਕ ਇਮਾਨਦਾਰੀ ਦੇ ਨਾਲ ਚੱਲਣਾ ਚਾਹੁੰਦਾ ਸੀ। ਉਹੀ ਮੁੱਦਾ ਪਿਛਲੀ ਥੋੜ੍ਹੇ ਦਿਨੀ ਜਦੋਂ ਦਿੱਲੀ ਦੇ ਵਿੱਚ ਰਾਜ ਸਭਾ ਦੀਆਂ 2 ਸੀਟਾਂ ਵੇਚੀਆਂ ਗਈਆਂ ਤਾਂ ਦਿਲ ਨੂੰ ਬਹੁਤ ਠੋਈਸ ਪਹੁੰਚੀ। ਸੋ ਭ੍ਰਿਸ਼ਟਾਚਾਰ ਦਾ ਐਸਾ ਮੁੱਦਾ ਜਿਹਦੇ ਤੋਂ ਜਨਮ ਹੋਇਆ ਸੀ, ਉਹਦੇ ਉੱਤੋਂ ਜਦ ਅਜਿਹੀਆਂ ਚੀਜ਼ਾਂ ਦੇਖੀਆਂ ਔਰ ਉਸ ਤੋਂ ਬਾਅਦ ਪੰਜਾਬ ਦੀ ਇੱਕ ਐਸੀ ਲੀਡਰਸ਼ਿਪ ਜਿਸਨੇ ਇਹ ਸ਼ਾਇਦ ਕਿਤੇ ਮਹਿਸੂਸ ਹੋਇਆ ਹੀ ਨਹੀਂ ਕਿ ਆਮ ਆਦਮੀ ਪਾਰਟੀ ਕੋਈ ਪਰਿਵਾਰ ਵੀ ਰਹਿ ਗਿਆ ਹੈ, ਉੱਥੇ ਇੱਕ ਸ਼ਰੀਕਾਂ ਦੀ ਪਾਰਟੀ ਦਾ ਮਹਿਸੂਸ ਹੋਣ ਲੱਗਾ ਕਿ ਇੱਥੇ ਸ਼ਰੀਕ ਬਣਨ ਲੱਗ ਪਏ ਨੇ, ਧੜੇਬੰਦੀਆਂ ਸ਼ੁਰੂ ਹੋ ਗਈਆਂ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਔਰ ਜਦ ਕਿਤੇ ਆਵਾਜ਼ ਉਠਾਉਂਦੇ ਤਾਂ ਆਵਾਜ਼ ਨੂੰ ਦਬਾਇਆ ਜਾਂਦਾ। ਸੋ ਐਸੇ ਮਾਹੌਲ ਦੇ ਵਿੱਚ ਆਪਣੇ ਆਪ ਨੂੰ ਘੁੱਟਦਾ ਹੋਇਆ ਮਹਿਸੂਸ ਕਰਕੇ ਮੈਂ ਮਨ ਸੋਚਿਆ ਕਿ ਮੈਂ ਰਾਜਨੀਤੀ ਤੋਂ ਦੂਰ ਜਾ ਕੇ ਆਪਣਾ ਕਾਰੋਬਾਰ ਕਰਾਂ, ਕਿਉਂਕਿ ਲੋਕ ਸੇਵਾ ਕਰਨੀ ਸੀ, ਪੇਸ਼ੇ ਤੋਂ ਡਾਕਟਰ ਹਾਂ, ਸੋ ਲੋਕ ਸੇਵਾ ਦੇ ਵਿੱਚ ਆਪਣਾ ਇੰਟਰਸਟ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ। ਪਰ ਮੈਂ ਧੰਨਵਾਦੀ ਹਾਂ ਮੇਰੇ ਵੱਡੇ ਵੀਰ ਅਮਰਜੀਤ ਸਿੰਘ ਲੰਬੀ ਦਾ ਅਤੇ ਸਰਦਾਰ ਗੁਰਮੀਤ ਸਿੰਘ ਕੁਲਾਰ ਜੀ ਦਾ, ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਅਤੇ ਮੈਨੂੰ ਬੜੇ ਹੀ ਸਤਿਕਾਰਯੋਗ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦੇ ਨਾਲ ਮਿਲਾਇਆ। ਜਦ ਉਹਨਾਂ ਨਾਲ ਮਿਲੇ ਤਾਂ ਇੱਕ ਬਹੁਤ ਹੀ ਉਤਸ਼ਾਹ ਮਿਲਿਆ ਔਰ ਇਹ ਵਿਸ਼ਵਾਸ ਹੋਇਆ ਕਿ ਜਿਹੜੀ ਪੰਜਾਬ ਦੇ ਪ੍ਰਤੀ ਉਹਨਾਂ ਦੀ ਸੋਚ ਹੈ, ਸ਼ਾਇਦ ਮੇਰੀ ਸੋਚ ਜਿੱਥੇ ਖਤਮ ਹੋ ਜਾਂਦੀ ਹੈ ਪੰਜਾਬ ਦੇ ਪ੍ਰਤੀ, ਉੱਥੋਂ ਸਰਦਾਰ ਸੁਖਬੀਰ ਸਿੰਘ ਜੀ ਦੀ ਸੋਚ ਸ਼ੁਰੂ ਹੁੰਦੀ ਹੈ। ਔਰ ਇੱਕ ਗੱਲ ਦਾ ਮੈਨੂੰ ਬਹੁਤ
ਜਿਹੜੀ ਸ਼ਾਇਦ ਮੈਂ ਕਦੀ ਗੱਲ ਸੋਚੀ ਨਹੀਂ ਸੀ ਔਰ ਮੈਨੂੰ ਲੱਗਦਾ ਸ਼ਾਇਦ ਤੁਸੀਂ ਵੀ ਉਹ ਗੱਲ ਕਦੀ ਨਹੀਂ ਸੋਚੀ ਹੋਣੀ ਕਿ ਜਿਹੜੀਆਂ ਸਕੀਮਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ 10 ਸਾਲ ਚਲਾਈਆਂ ਆਟਾ ਦਾਲ ਸਕੀਮ ਪੈਂਚ ਆਪਣੀ ਸ਼ਗਨ ਸਕੀਮ ਉਹ ਸਰਕਾਰ ਉਹ ਸਕੀਮਾਂ ਕੈਪਟਨ ਸਰਕਾਰ ਦੇ ਕੋਲੋਂ 2 ਮਹੀਨੇ ਵੀ ਨਹੀਂ ਚੱਲੀਆਂ ਸੋ ਐਸੀਆਂ ਕਈ ਚੀਜ਼ਾਂ ਜਿਨ੍ਹਾਂ ਦੇ ਪ੍ਰਤੀ ਸਰਦਾਰ ਸੁਖਬੀਰ ਸਿੰਘ ਜੀ ਦਾ ਜਿਹੜਾ ਪੰਜਾਬ ਨੂੰ ਅੱਗੇ ਲਿਜਾਣ ਦਾ ਨਜ਼ਰੀਆ ਸੀ ਉਹਨਾਂ ਨੂੰ ਦੇਖਦੇ ਹੋਏ ਮੈਂ ਸਰਦਾਰ ਜੀ ਨੂੰ ਪ੍ਰਧਾਨ ਜੀ ਨੂੰ ਬੇਨਤੀ ਕੀਤੀ ਕਿ ਮੈਂ ਤੁਹਾਡੇ ਪਰਿਵਾਰ ਦਾ ਹਿੱਸਾ ਬਣਨਾ ਚਾਹੁੰਦਾ ਸੋ ਉਸ ਤੋਂ ਬਾਅਦ ਮੈਂ ਧੰਨਵਾਦੀ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਜਿਨ੍ਹਾਂ ਨੇ ਮੇਰੀ ਬਾਂਹ ਫੜੀ ਔਰ ਮੈਨੂੰ ਇਹ ਮੈਨੂੰ ਕਹਿੰਦੇ ਤੂੰ ਆ ਆਪਾਂ ਰਲ ਕੇ ਪੰਜਾਬ ਨੂੰ ਅੱਗੇ ਵਧਾਵਾਂਗੇ ਪੰਜਾਬ ਨੂੰ ਵਿਕਾਸ ਕਰਾਂਗੇ ਸੋ ਮੈਂ ਆਪਣੇ ਆਪ ਨੂੰ ਬਹੁਤ ਹੀ ਖੁਸ਼ਕਿਸਮਤ ਸਮਝਦਾ ਔਰ ਮੈਂ ਅੱਜ ਇਹ ਪ੍ਰਣ ਵੀ ਕਰਦਾ ਕਿ ਅੱਜ ਜਿਸ ਪਾਰਟੀ ਦੇ ਵਿੱਚ ਆਇਆ ਇਸ ਪਾਰਟੀ ਦੀ ਚੜ੍ਹਦੀ ਕਲਾ ਦੇ ਲਈ ਦਿਨ ਰਾਤ ਮਿਹਨਤ ਕਰਾਂਗਾ ਔਰ ਪਰਮਾਤਮਾ ਅੱਗੇ ਅਰਦਾਸ ਵੀ ਕਰੂੰਗਾ ਕਿ ਹੇ ਪਰਮਾਤਮਾ ਮੇਰਾ ਆਖਰੀ ਸਾਹ ਵੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਨਿਕਲੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜ਼ਿੰਦਾਬਾਦ 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 ਪਹਿਰਾ ਦਿਆਂਗੇ ਠੋਕ ਕੇ ਸੋ ਇਹਨਾਂ ਚੀਜ਼ਾਂ ਨੂੰ ਦੇਖਦੇ ਹੋਇਆਂ ਜਦੋਂ ਅਸੀਂ ਪ੍ਰਧਾਨ ਜੀ ਨੇ ਮੈਂ ਕਿਹਾ ਕਿ ਪ੍ਰਧਾਨ ਜੀ ਜਿਸ ਤਰ੍ਹਾਂ ਤੁਹਾਨੂੰ ਠੀਕ ਲੱਗਦਾ ਜਦੋਂ ਮੈਨੂੰ ਕਹੋ ਸੇਵਾ ਦੀ ਜ਼ਿੰਮੇਵਾਰੀ ਲਾਓ ਮੈਂ ਤੁਹਾਡੀ ਸੇਵਾ ਵਿੱਚ ਹਰ ਵੇਲੇ ਹਾਜ਼ਰ ਹਾਂ ਦਿਨ ਰਾਤ ਆਪਣੀ ਹਰ ਤਰ੍ਹਾਂ ਦੀ ਤਨੋ ਮਨੋ ਤਨੋ ਪਾਰਟੀ ਦੀ ਸੇਵਾ ਕਰਨ ਨੂੰ ਹਾਜ਼ਰ ਹਾਂ ਤੁਸੀਂ ਮੇਰਾ ਭਾਵੇਂ ਹੁਣੇ ਸਰੂਪਾ ਪਵਾ ਦਿਉ ਤਾਂ ਸਰਦਾਰ ਜੀ ਨੇ ਕਿਹਾ ਮੈਨੂੰ ਬਹੁਤ ਖੁਸ਼ੀ ਹੋਈ ਕਿ ਮੇਰੇ ਜਿਹੇ ਨਿਮਾਣੇ ਨੂੰ ਜਦ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੇ ਕਿਹਾ ਕਿ ਇੱਥੇ ਨਹੀਂ ਤੈਨੂੰ ਅਸੀਂ ਤੇਰੇ ਘਰ ਆ ਕੇ ਜੁਆਇਨ ਕਰਾਵਾਂਗੇ ਤੈਨੂੰ ਤੇਰੇ ਹਲਕੇ ਵਿੱਚ ਆ ਕੇ ਜੁਆਇਨ ਕਰਾਵਾਂਗਾ ਅਜਿਹੀ ਸੋਚ ਦੇ ਲਈ ਔਰ ਉਹਨਾਂ ਦਾ ਅੱਜ ਇੱਥੇ ਆਉਣ ਦੇ ਲਈ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਦਿਲੋਂ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇੰਨਾ ਮਾਣ ਬਖਸ਼ਿਆ ਸੋ ਸਾਥੀਓ ਜਿੱਥੇ ਅੱਜ ਦਾ ਮੇਰਾ ਇਹ ਆਉਣਾ ਕਈ ਲੋਕ ਇਹਨੂੰ ਰਾਜਨੀਤਿਕ ਆਉਣ ਵਾਲਾ ਉਤਰਾਵ ਚੜਾਅ ਵੀ ਦੱਸ ਸਕਦੇ ਨੇ ਪਰ ਮੇਰੀ ਇੱਕ ਸੋਚ ਹੈ ਔਰ ਉਹ ਸੋਚ ਹੈ ਹਮੇਸ਼ਾ ਪੰਜਾਬ ਦੇ ਲਈ ਚੰਗਾ ਸੋਚਣਾ ਪੰਜਾਬੀਅਤ ਦੇ ਲਈ ਚੰਗਾ ਸੋਚਣਾ ਔਰ ਆਪਣੇ ਸ਼ਾਹਕੋਟ ਹਲਕੇ ਦੇ ਵਿੱਚ ਵੱਸ ਰਹੇ ਮੇਰੇ ਸਾਥੀਆਂ ਦੇ ਲਈ ਬਜ਼ੁਰਗਾਂ ਦੇ ਲਈ ਭੈਣਾਂ ਦੇ ਲਈ ਉਹਨਾਂ ਦੀ ਸੇਵਾ ਕਰਨੀ ਮੈਂ ਉਹਨਾਂ ਦੀ ਸੇਵਾ ਵਿੱਚ ਹਾਜ਼ਰ ਹਾਂ ਬੜੇ ਹੀ ਦੁੱਖ ਨਾਲ ਦੱਸਣਾ ਪੈ ਰਿਹਾ ਕਿ ਸਾਡੇ ਅਜੀਤ ਸਿੰਘ ਕੁਹਾੜ ਜੀ ਜਿਨ੍ਹਾਂ ਨੇ ਇੱਥੇ ਬਹੁਤ ਲੰਬੇ ਸਮੇਂ ਤੋਂ ਜਿੱਤ ਦਾ ਝੰਡਾ ਲਹਿਰਾਉਂਦੇ ਰਹੇ ਨੇ ਉਹ ਸਾਡੇ ਵਿੱਚ ਨਹੀਂ ਰਹੇ ਔਰ ਸ਼ਾਹਕੋਟ ਦੀ ਬਾਈ ਇਲੈਕਸ਼ਨ ਬਹੁਤ ਹੀ ਕਰੀਬ ਹੈ ਮੈਂ ਅੱਜ ਕਹਿ ਰਿਹਾ ਕਿ ਆਪਣੇ ਸ਼ਾਇਦ ਮੁੱਢ ਖੜੀ ਹੈ ਸੋ ਇਸ ਚੋਣ ਦੇ ਲਈ ਆਪਾਂ ਸਾਰਿਆਂ ਨੇ ਦਿਨ ਰਾਤ ਮਿਹਨਤ ਕਰਨੀ ਹੈ ਕਿਉਂਕਿ ਇਹ ਚੋਣ ਸਿਰਫ ਆਪਣੀ ਸ਼ਾਹਕੋਟ ਦੀ ਸੀਟ ਦੀ ਚੋਣ ਨਹੀਂ ਹੈ ਜੇ ਅਗਰ ਆਪਾਂ ਇੱਥੋਂ ਜਿੱਤਦੇ ਹਾਂ ਸ਼੍ਰੋਮਣੀ ਅਕਾਲੀ ਦਲ ਸਿਰਫ ਪੰਜਾਬ ਦੇ ਵਿੱਚ ਇੱਥੇ ਸ਼ਾਹਕੋਟ ਦੇ ਵਿੱਚ ਨਹੀਂ ਜਿੱਤਦਾ ਬਲਕਿ ਸ਼੍ਰੋਮਣੀ ਅਕਾਲੀ ਦਲ ਦਾ ਝੰਡਾ ਪੂਰੇ ਪੰਜਾਬ ਵਿੱਚ ਫਿਰ ਤੋਂ ਲਹਿਰਾਏਗਾ ਔਰ ਇਸ ਦੇ ਨਾਲ ਹੀ ਸਿਰਫ ਜਿੱਤ ਦਾ ਮਕਸਦ ਨਹੀਂ ਹੈ ਸਿਰਫ ਜਿੱਤ ਦਾ ਮਕਸਦ ਨਹੀਂ ਹੈ ਹਕੂਮਤ ਦੇ ਵਿੱਚ ਬੈਠੀ ਕੈਪਟਨ ਸਰਕਾਰ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਸੀ ਅੱਜ ਪੰਜਾਬ ਦੇ ਵਿੱਚ ਹਰ ਪੰਜਾਬ ਦਾ ਨੌਜਵਾਨ ਜਿਹਨੂੰ ਸਰਕਾਰੀ ਨੌਕਰੀ ਦੇਣ ਦਾ ਵਾਅਦਾ ਕੀਤਾ ਸੀ ਉਹ ਠੱਗਿਆ ਮਹਿਸੂਸ ਕਰ ਰਿਹਾ ਅੱਜ ਪੰਜਾਬ ਦੇ ਵਿੱਚ ਹਰ ਬੱਚਾ ਠੱਗਿਆ ਮਹਿਸੂਸ ਕਰ ਰਿਹਾ ਕਿਉਂਕਿ 800 ਸਰਕਾਰੀ ਸਕੂਲ ਬੰਦ ਕਰ ਦਿੱਤੇ ਗਏ ਨੇ ਪੰਜਾਬ ਦੇ ਹਰ ਮਾਪੇ ਠੱਗੇ ਹੋਏ ਮਹਿਸੂਸ ਕਰ ਰਹੇ ਨੇ ਅੱਜ ਆਟਾ ਦਾਲ ਸਕੀਮ ਬੰਦ ਕਰ ਦਿੱਤੀ ਪੰਜਾਬ ਦਾ ਹਰ ਦਲਿਤ ਹਰ ਗਰੀਬ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਕਿਸਾਨਾਂ ਦੀਆਂ ਮੋਟਰਾਂ ਦੇ ਉੱਤੇ ਮੀਟਰ ਲਾ ਦਿੱਤੇ ਗਏ ਨੇ ਪੰਜਾਬ ਦਾ ਹਰ ਕਿਸਾਨ ਅੱਜ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਪੰਜਾਬ ਦਾ ਹਰ ਸਰਕਾਰੀ ਮੁਲਾਜ਼ਮ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਹੈ ਸੋ ਸਾਥੀਓ ਸਰਕਾਰ ਦੇ ਵਿਰੁੱਧ ਇੱਕ ਫਤਵਾ ਦੇਣਾ ਸ਼ਾਹਕੋਟ ਨੇ ਜਿੱਥੋਂ ਪੂਰਾ ਪੰਜਾਬ ਬਦਲੇਗਾ ਸੋ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਆਪਣੇ ਆਪ ਨੂੰ ਫਿਰ ਤੋਂ ਬਹੁਤ ਕਰਮਾਂ ਵਾਲਾ ਸਮਝਦਾ ਕਿ ਅੱਜ ਮੈਂ ਇਸ ਬਹੁਤ ਹੀ ਵੱਡੇ ਇਤਿਹਾਸਿਕ ਪਰਿਵਾਰ ਦਾ ਜਿਸ ਪਰਿਵਾਰ ਦੇ ਲਈ ਸਾਡੇ ਦਾਦੇ ਪੜਦਾਦਿਆਂ ਨੇ ਬਹੁਤ ਸਾਰੀਆਂ ਕੁਰਬਾਨੀਆਂ ਦਿੱਤੀਆਂ ਅੱਜ ਉਸ ਪਰਿਵਾਰ ਦਾ ਫਿਰ ਤੋਂ ਹਿੱਸਾ ਬਣਨ ਜਾ ਰਿਹਾ ਔਰ ਉਮੀਦ ਕਰਦਾ ਕਿ ਇਸ ਪਰਿਵਾਰ ਦੇ ਵਿੱਚ ਤੁਸੀਂ ਮੈਨੂੰ ਬਹੁਤ ਸਾਥ ਦਿਓਗੇ ਇੱਕ ਜੋ ਹੱਕ ਸੱਚ ਦੀ ਲੜਾਈ ਲੜਨ ਦੇ ਲਈ ਆਪਾਂ ਅੱਗੇ ਵੱਧ ਰਹੇ ਹਾਂ ਇਹ ਮੇਰਾ ਪੂਰਾ ਸਾਥ ਦਿਓਗੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਇੱਕ ਵਾਰ ਫਿਰ ਤੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਔਰ ਆਪਣੇ ਉਹਨਾਂ ਸੈਂਕੜੇ ਸਾਥੀਆਂ ਦਾ ਜੋ ਆਮ ਆਦਮੀ ਪਾਰਟੀ ਦੇ ਵਿੱਚ ਮੇਰੇ ਨਾਲ ਤੁਰੇ ਸਨ ਔਰ ਅੱਜ ਸ਼ਾਮਿਲ ਹੋਏ ਨੇ ਉਹਨਾਂ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਮੇਰੇ ਵਿੱਚ ਇਹ ਵਿਸ਼ਵਾਸ ਦਿਖਾਇਆ ਔਰ ਇਸ ਦੇ ਨਾਲ ਹੀ ਮੈਂ ਧੰਨਵਾਦੀ ਹਾਂ ਆਪਣੇ ਸਰਦਾਰ ਗੁਰਮੀਤ ਸਿੰਘ ਕੋਲਾਰ ਜੀ ਦਾ ਅਮਰਜੀਤ ਸਿੰਘ ਲੰਬੀ ਜੀ ਦਾ ਔਰ ਤੈ ਦਿਲੋਂ ਔਰ ਪਰਮਾਤਮਾ ਨੂੰ ਸੱਚ ਜਾਣ ਕੇ ਕਹਿੰਦਾ ਹੋਇਆ ਫਿਰ ਤੋਂ ਮੈਂ ਧੰਨਵਾਦੀ ਹਾਂ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਦਾ ਜਿਨ੍ਹਾਂ ਨੇ ਅੱਜ ਇੱਥੇ ਆਣ ਕੇ ਮੇਰੇ ਜਿਹੇ ਨਿਮਾਣੇ ਨੂੰ ਇੰਨਾ ਜ਼ਿਆਦਾ ਮਾਣ ਬਖਸ਼ਿਆ ਸੋ ਇਸ ਕਰਕੇ ਮੈਂ ਵਾਅਦਾ ਕਰਦਾ ਕਿ ਦਿਨ ਰਾਤ ਤੁਹਾਡੇ ਸਾਰਿਆਂ ਦੀ ਸੇਵਾ ਵਿੱਚ ਹਾਜ਼ਰ ਰਹਾਂਗਾ ਇਹਨਾਂ ਸ਼ਬਦਾਂ ਦੇ ਨਾਲ ਮੈਂ ਆਪ ਸਭ ਤੋਂ ਆਗਿਆ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ